ਜਦੋਂ 272.25 ਵਰਗ ਫੁੱਟ ਨੂੰ 160 ਨਾਲ ਗੁਣਾ ਕਰਾਂਗੇ ਤਾਂ 43560 ਵਰਗ ਫੁੱਟ ਆਜੂ। ਸਤਿ ਸ੍ਰੀ ਅਕਾਲ ਮੈਂ ਕੇਵਲ ਹਰੀਗੜ੍ਹ ਵੀਰੋ ਬਹੁਤ ਜ਼ਿਆਦੇ ਦੋਸਤਾਂ ਦੇ ਮੈਸੇਜ ਆਏ ਨੇ ਵੀ ਤੂੰ ਮਰਲੇ ਤੇ ਕਨਾਲਾਂ ਬਾਰੇ ਦੱਸ। ਅੱਜ ਆਪਾਂ ਤੁਹਾਨੂੰ ਮਰਲੇ ਕਨਾਲ ਗੱਜ ਸਾਰੀ ਚੀਜ਼ਾਂ ਬਾਰੇ ਦੱਸਾਂਗੇ ਧਿਆਨ ਨਾਲ ਸੁਣ ਲਿਓ। ਸਭ ਤੋਂ ਪਹਿਲਾਂ ਇੱਕ ਕਿੱਲੇ ਦੇ ਵਿੱਚ 160 ਮਰਲੇ ਹੁੰਦੇ ਨੇ। ਇਹ ਗੱਲ ਨੋਟ ਕਰ ਲਓ। ਤੇ ਇੱਕ ਕਿੱਲੇ 'ਚ 8 ਕਨਾਲਾਂ ਹੁੰਦੀਆਂ ਨੇ। ਤੇ ਇੱਕ ਕਿੱਲੇ 'ਚ 97 ਬਿਸਵੇ ਹੁੰਦੇ ਨੇ। ਤੇ 1 ਕਿੱਲੇ ਚ 4840 ਗਾਜ ਹੁੰਦੇ ਨੇ 1 ਕਿੱਲੇ ਚ 43560 ਵਰਗ ਫੁੱਟ ਦਾ ਇੱਕ ਕਿੱਲਾ ਬਣਦਾ ਵਰਗ ਫੁੱਟ ਕੀ ਹੁੰਦਾ ਇਹ ਵੀ ਦੇਖ ਲਓ ਤੇ 40 ਐਨੂ ਹੋਵੇ 40 ਐਨੂ ਹੋਵੇ ਜਿਹੜਾ ਚੌਰਸ ਹੁੰਦਾ ਉਹਨੂੰ ਵਰਗ ਫੁੱਟ ਕਹਿੰਦੇ ਨੇ ਇੱਕ ਮਰਲੇ ਚ 272.25 ਵਰਗ ਫੁੱਟ ਹੁੰਦਾ ਤੇ ਕਿੱਲੇ ਚ ਕਿੰਨੇ ਮਰਲੇ ਹੁੰਦੇ ਨੇ 160 ਜਦੋਂ 272.25 ਵਰਗ ਫੁੱਟ ਨੂੰ 160 ਨਾਲ ਗੁਣਾ ਕਰਾਂਗੇ ਤਾਂ 43560 ਵਰਗ ਫੁੱਟ ਆ ਜੂ ਸਾਨੂੰ ਪਹਿਲਾਂ ਦੱਸਿਆ ਵੀ 43560 ਵਰਗ ਫੁੱਟ ਦਾ ਇੱਕ ਕਿਲਾ ਹੁੰਦਾ ਤੇ ਉਹ ਤੋਂ ਬਾਅਦ ਇੱਕ ਵਿਸਵਾ ਉਹਦੇ ਵਿੱਚ ਨਾ 453.75 ਵਰਗ ਫੁੱਟ ਹੁੰਦਾ ਤੇ ਕਿੱਲੇ ਚ ਕਿੰਨੇ ਵਿਸਵੇਂ ਹੁੰਦੇ ਨੇ ਦੱਸਿਆ 99 ਵਿਸਵੇ ਜਦੋਂ 453.75 ਨੂੰ 99 ਨਾਲ ਜੁਣਾ ਗੁਣਾ ਕਰੋਗੇ ਤਾਂ ਫੇਰ ਆਨਸਰ ਆਜੂ 43560 ਵਰਗ ਫੁੱਟ ਫੇਰ ਕਿੱਲਾ ਵੰਡ ਜੂ ਉਹ ਤੋਂ ਬਾਅਦ ਹੁੰਦੀ ਇੱਕ ਕਨਾਲ ਜੇ ਕਨਾਲ ਚ ਫੁੱਟਾਂ ਦੀ ਗੱਲ ਕਰੀਏ ਤਾਂ 5445 ਵਰਗ ਫੁੱਟ ਦੀ ਇੱਕ ਕਨਾਲ ਹੁੰਦੀ ਆ ਕਿੱਲੇ ਦੇ ਵਿੱਚ 8 ਕਨਾਲਾਂ ਹੁੰਦੀਆਂ ਨੇ ਜਦੋਂ 5445 ਵਰਗ ਫੁੱਟ ਨੂੰ 8 ਨਾਲ ਗੁਣਾ ਕਰਾਂਗੇ ਤੇ ਫੇਰ ਅਨਸਰ ਆਜੂ 43560 ਵਰਗ ਫੁੱਟ ਉਤੋਂ ਬਾਅਦ ਆਪਾਂ ਗਜਾਂ ਦੀ ਗੱਲ ਕਰਦੇ ਵੀਰੋ ਗਜਾਂ ਦੀ ਵੀ ਮਿੰਤੀ ਕਿਵੇਂ ਹੁੰਦੀ ਆ ਤੇ ਇਹ ਗੱਲ ਤੁਹਾਨੂੰ ਦੱਸੀ ਹੈ 4840 ਗਜ ਦਾ ਇੱਕ ਕਿੱਲਾ ਹੁੰਦਾ ਤੇ ਇੱਕ ਮਰਲੇ 'ਚ ਦੇਖਨੇ ਆਪਾਂ ਕਿੰਨੇ ਗਜ ਹੁੰਦੇ ਨੇ 30.25 ਗਜ ਦਾ ਇੱਕ ਮਰਲਾ ਹੁੰਦਾ ਤੇ ਹੁਣ ਕਿਲੇ ਚ ਕਿੰਨੇ ਮਰਲੇ ਹੁੰਦੇ ਨੇ 160 ਜਦੋਂ 30.25 ਨੂੰ 160 ਨਾਲ ਗੁਣਾ ਕਰਾਂਗੇ ਤਾਂ ਅਨਸਰ ਆਊ 4840 ਗਾਜ ਕਿਲਾ ਬਣ ਗਿਆ ਤੇ ਉਸ ਤੋਂ ਬਾਅਦ ਕਨਾਲ ਇੱਕ ਕਨਾਲ ਚ 605 ਗਾਜ ਦੀ ਇੱਕ ਕਨਾਲ ਹੁੰਦੀ ਆ ਕਿਲੇ ਚ ਕਿੰਨੀਆਂ ਕਨਾਲਾਂ ਹੁੰਦੀਆਂ ਨੇ 8 ਜਦੋਂ 605 ਨੂੰ 8 ਨਾਲ ਗੁਣਾ ਕਰਾਂਗੇ ਤਾਂ ਅਨਸਰ ਆਊ 4840 ਗਾਜ ਇੱਕ ਹੋਰ ਗੱਲ ਨੋਟ ਕਰ ਲਓ ਜਿਹੜਾ ਗਾਜ ਹੁੰਦਾ ਉਹਦੇ ਵਿੱਚ 3 ਵਰਗ ਫੁੱਟ ਦਾ ਇੱਕ ਗਾਜ ਹੁੰਦਾ ਜਦੋਂ ਆਪਾਂ ਨੂੰ ਸਿਕਿਉਰ ਬਣਾਗੇ 3 ਫੁੱਟ ਐਨ ਨੂੰ ਹੋ ਗਿਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਫਿਰ ਤਿੰਨ ਨੂੰ ਤਿੰਨ ਨਾਲ ਗੁਣਾ ਕਰਕੇ 9 ਵਰਗ ਫੁੱਟ ਦਾ ਇੱਕ ਗਾਜ ਬਣ ਗਿਆ ਉਹ ਚੀਜ਼ ਜੁੜ ਗਈ ਹੁਣ ਇੱਕ ਤਰ੍ਹਾਂ ਦਾ ਚੌਰਸ ਜਗਾ ਜੀ ਉਹਨੂੰ ਆਪਾਂ ਗਜਾਂ ਫੁੱਟਾਂ ਚ ਵਿਸਮਿਆਂ ਚ ਕਨਾਲ ਚ ਕਿਸੇ ਵੀ ਚੀਜ਼ ਚ ਮੈਨਣਾ ਤਾਂ ਸਮਝ ਲਓ ਮੰਨ ਲਓ ਇੱਕ ਪਾਸੇ ਇਹਦਾ 100 ਆ ਇੱਕ ਪਾਸੇ ਇਹਦਾ 150 ਆ 150 ਇਧਰਲਾ ਵੀ 100 ਆ ਇਧਰਲਾ ਵੀ 150 ਆ ਹੁਣ ਸਭ ਤੋਂ ਬਣਾ ਜਿਹਦਾ ਮੈਂ ਤੁਹਾਨੂੰ ਦੱਸਿਆ ਵੀ 100 ਨੂੰ 150 ਨਾਲ ਗੁਣਾ ਕਰ ਦੋ ਤਾਂ ਆਨਸਰ ਆ ਜੂ 15000 ਫੁੱਟ ਹੁਣ ਇਹਦੇ ਗਾਜਬ ਫੋਟੋ ਕੁਸ ਮਰਜ਼ੀ ਕੱਟ ਲਓ ਵਿਸਰੇ ਵਿੱਗੇ ਕਨਾਲਾਂ ਕੁਸ ਮਰਜ਼ੀ ਬਣਾ ਲਓ 15000 ਵਰਗ ਫੁੱਟ ਆ ਗਿਆ ਜੇ ਤਾਂ ਇਹਦੇ ਮਰਲੇ ਕੱਟਨੇ ਨੇ ਵੀਰੋ ਕਿੰਨੇ ਮਰਲੇ ਨੇ ਇਹ ਤਾਂ 15000 ਵਰਗ ਫੁੱਟ ਨੂੰ 272.25 ਵਰਗ ਫੁੱਟ ਦੇ ਵੰਡ ਕਰ ਦੋ ਜੇ ਇਹਦੇ ਵਿਸਵੇ ਕੱਟਨੇ ਨੇ ਤਾਂ 15000 ਵਰਗ ਫੁੱਟ ਨੂੰ 453.75 ਵਰਗ ਫੁੱਟ ਦੇ ਵੰਡ ਦੋ ਤਾਂ ਵਿਸਵੇ ਨਿਕਲੇ ਆਉਣਗੇ ਤੇ ਜਿੰਆਂ ਜੇ ਕਨਾਲਾਂ ਕੱਢੀਆਂ ਨੇ 15000 ਫੁੱਟ ਨੂੰ 5445 ਵਰਗ ਫੁੱਟ ਦੇ ਵੰਡ ਦੋ। ਉਸ ਤੋਂ ਬਾਅਦ ਵੀਰੋ ਆਪਾਂ ਇਹ ਗੱਜ ਬਣਾਉਣੇ ਨੇ। ਗੱਜ ਕਿਵੇਂ ਬਣਨਗੇ? ਜਿਵੇਂ 15000 ਵਰਗ ਫੁੱਟ ਤੇ 9 ਵਰਗ ਫੁੱਟ ਦਾ ਇੱਕ ਗੱਜ ਬਣਗਾ। ਮੰਨ ਲਓ ਇੱਕ ਗੱਜ ਗਾਜੀ ਐ ਨੂੰ ਗਾਜੀ ਐ ਨੂੰ ਤੇ 15000 ਨੂੰ ਜਦੋਂ 9 ਤੇ ਵੰਡ ਕਰਾਂਗੇ ਤਾਂ 1666.6 ਇਹ ਗੱਜ ਹੋ ਗਏ ਇਹਦੇ ਵਿੱਚ। ਆਹ ਬਾਹਣ ਚ 1666.6 ਗੱਜ ਹੋ ਗਏ। ਇਹਦੇ ਫੁੱਟਾਂ ਚ ਆਪਾਂ ਮਰਲੇ ਕੱਢਣੇ ਨੇ। ਤਾਂ 15000 ਵਰਗ ਫੁੱਟ ਨੂੰ 272.25 ਵਰਗ ਫੁੱਟ ਦੇ ਜਦੋਂ ਵੰਡਾਂਗੇ ਤਾਂ ਇਹ 55 ਮਰਲੇ ਆਜੂ ਜਗਾ ਤੇ ਇਸ ਤਰ੍ਹਾਂ ਜੇ ਆਪਾਂ ਗਾਜੀ ਕੱਢਾਂਗੇ ਤਾਂ 1666.6 ਨੂੰ ਜਦੋਂ ਆਪਾਂ 30.25 ਗਾਜ ਦੇ ਵੰਡ ਕਰਾਂਗੇ ਤਾਂ ਵੀ ਉਹੀ ਅਨਸਰ ਆਜੂ 55 ਮਰਲੇ ਮੰਨ ਲਓ ਫੁੱਟਾਂ ਚ ਕਨਾਲ ਕੱਢਣੀ ਹੈ ਤਾਂ 15000 ਵਰਗ ਫੁੱਟ ਨੂੰ 5445 ਵਰਗ ਫੁੱਟ ਦੇ ਵੰਡ ਕਰਾਂਗੇ ਤਾਂ ਪੌਣੇ 3 ਕਨਾਲ ਆ ਨਿਕਲਣਗੀਆਂ ਤੇ ਜੇ 1666.6 ਨੂੰ 605 ਵਰਗ ਗਜ ਤੇ ਵੰਡ ਕਰਾਂਗੇ ਤਾਂ 3.5 ਕਨਾਲਾ ਫੇਰ ਨਿਕਲੇ ਹੋਣਗੇ। ਇਸ ਤਰ੍ਹਾਂ ਵੀਰੋ ਜ਼ਮੀਨ ਦੀ ਮਿਹਨਤੀ ਕਰ ਸਕਦੇ ਹੋ। ਕਹਿਣ ਦਾ ਮਤਲਬ ਹੈ ਜੇ ਤੁਸੀਂ ਜਗਾ ਪੂਰੀ ਮੈਨ ਲਈ ਤਾਂ ਉਹਦੇ ਇਦੂ ਬਾਅਦ ਫੁੱਟ ਬਣਾ ਲਓ, ਗਜ ਬਣਾ ਲਓ। ਉਸ ਚੀਜ਼ ਦੀ ਵੰਡ ਕਰਨਾ, ਗਜਾਂ ਰਾਹੀਂ ਵੀ ਉਹੀ ਚੀਜ਼ ਨਿਕਲੂ ਤੇ ਸਭ ਤੋਂ ਜ਼ਰੂਰੀ ਗੱਲ ਸਭ ਨੂੰ ਕੀ ਚੀਜ਼ ਸਮਝਣੀ ਲੋੜਾ ਇੱਕ ਕਿੱਲੇ ਚ ਕਿਤ 60 ਮਰਲੇ ਹੁੰਦੇ ਨੇ। 8 ਕਨਾਲਾਂ 99 ਵਿਸਵੇ 4840 ਗਜ ਹੁੰਦੇ ਨੇ। 43560 ਵਰਗ ਫੁੱਟ ਆਉਂਦਾ ਤੇ ਇਹੀ ਅਨਸਰ ਆਉ ਜਿਹੜੇ ਮਰਜ਼ੀ ਪਾਸੋਂ ਹਿਸਾਬ ਲਾਓ। ਧੰਨਵਾਦ ਜੀ ਵੀਡੀਓ ਸ਼ੇਅਰ ਜਰੂਰ ਕਰ ਦਿਓ